ਆਪਾਂ ਸਵਾਮੀਨਾਥਨ ਦੀ ਰਿਪੋਰਟਾਂ ਦੀ ਗੱਲ ਕਰਦੇ ਹਾਂ। ਸਵਾਮੀਨਾਥਨ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਜੇ ਕਿਸੇ ਫਸਲ ਨੂੰ ਬੀਜਣ ਤੋਂ ਲੈ ਕੇ ਮੰਡੀ ਤੱਕ ਪਹੁੰਚਾਉਣ ਤੱਕ 100 ਰੁਪਇਆ ਖਰਚਾ ਆਉਂਦਾ ਹੈ ਤਾਂ ਉਹਦਾ ਰੂਟ 100 ਰੁਪਇਆ ਮਿਲਣਾ ਚਾਹੀਦਾ ਉਹਨੂੰ। ਜੇ 10,000 ਰੁਪਇਆ ਖਰਚਾ ਤਾਂ 15,000 ਰੁਪਇਆ ਉਹਦਾ ਮਿਲਣਾ ਚਾਹੀਦਾ, ਠੀਕ ਹੈ ਨਾ ਵੀਰੋ? ਇਹਨੇ ਤਾਂ ਲਾਗੂ ਨਹੀਂ ਕੀਤੀ ਮੋਦੀ ਨੇ। ਹੁਣ ਆਪਾਂ ਕਣਕ ਵੇਚਾਂਗੇ, ਪਰਮਾਤਮਾ ਸੁੱਖ ਰੱਖੇ, ਮੌਸਮ ਠੀਕ ਰਹੇ, ਦਾਣੇ ਘਰੇ ਆ ਜਾਣ। ਆਪਾਂ ਕਣਕ ਵੇਚਾਂਗੇ 1840 ਰੁਪਏ ਕੁਇੰਟਲ। ਦਿੱਲੀ ਦੇ ਕਿਸਾਨ ਕਣਕ ਵੇਚਣਗੇ 2616 ਰੁਪਏ ਕੁਇੰਟਲ। ਕਾਰਨ ਉਹਦਾ ਕਾਰਨ ਦੱਸ ਸਾਰਿਆਂ ਨੂੰ ਮਾਰੇ ਬਾਜੀ ਕਾਰਨ ਦੱਸ। ਕੇਜਰੀਵਾਲ ਕਹਿੰਦਾ ਜੀ ਆਪਾਂ ਰਿਪੋਰਟ ਤਾਂ ਲਾਗੂ ਕਰ ਨਹੀਂ ਸਕਦੀ ਸਟੇਟ ਗੌਰਮੈਂਟ ਸਵਾਮੀਨਾਥਨ ਦੀ। ਸਵਾਮੀਨਾਥਨ ਮੁਤਾਬਕ ਭਾਅ ਕਿੰਨਾ ਬਣਦਾ? ਲਾਇਆ ਸਾਹਿਬ ਕਹਿੰਦੇ 2616 ਬਣਦਾ। ਫਿਰ ਐਂ ਕਰਦੇ ਹਾਂ ਕਹਿੰਦਾ 750 ਰੁਪਇਆ ਕੁਇੰਟਲ 'ਤੇ ਨਾ ਬੋਨਸ ਦੇ ਦਿੰਦੇ ਆਪਾਂ ਦਿੱਲੀ ਦੇ ਕਿਸਾਨਾਂ ਨੂੰ। ਸਵਾਮੀਨਾਥਨ ਦੇ ਬਰਾਬਰ ਭਾਅ ਜਾ ਵੜੂ, 100 ਕਰੋੜ ਰੁਪਇਆ ਕੱਢ ਕੇ ਪਾਸੇ ਰੱਖ ਲਿਆ ਵੀਰੋ, 750 ਰੁਪਇਆ ਕੁਇੰਟਲ ਦਿੱਲੀ ਦੇ ਕਿਸਾਨ ਵੱਧ ਵੇਚਣਗੇ। ਕੈਪਟਨ ਕਿਉਂ ਨਹੀਂ ਕਰ ਸਕਦਾ? ਇਹ ਕੈਪਟਨ ਕਰ ਸਕਦਾ ਕਰੇ ਕੈਪਟਨ? ਇੱਕ ਕਿੱਲੇ 'ਚ 22-23 ਹਜ਼ਾਰ ਰੁਪਏ ਦਾ ਫਰਕ ਪੈ ਜੂਗਾ। ਜੇ 22-23 ਹਜ਼ਾਰ ਰੁਪਇਆ ਕਿੱਲੇ ਦੀ ਵੱਧ ਆਪਾਂ ਨੂੰ ਆਮਦਨੀ ਹੋ ਗਈ, ਫਿਰ ਕਰਜ਼ੇ ਲੈਣ ਦੀ ਲੋੜ ਹੀ ਨਹੀਂ ਪੈਣੀ। ਕਰਦੇ ਨਹੀਂ ਇਹ, ਕਰ ਸਕਦਾ ਕੈਪਟਨ? ਕਰੇ ਨਹੀਂ ਕਰਨੀ ਇਹਨੇ।